Pablo Pulido. Rishindana Masika Rabasi. Tere naam se Yeshu Masih ko azad karta hu. Aur tere naam se Yeshu Masih aaj tu na sugar normal ho jaye. Amen. Tusi azad ho gaye Yeshu naam de vich. Main kehna taadi baso Yeshu de layi. Jor de naal taadi maran Yeshu Masih ke liye. Jor de naal. Sir zinda taadi mari hoyi ni zinda taadi. ਸਰੋਂ ਮੈਂ ਕਿਸੇ ਦੇ ਗੁਪਤ ਸਥਾਨ ਦੇ ਵਿੱਚ ਗਿਲਟੀਆਂ ਵੇਖ ਰਿਹਾ ਗਿਆ ਆਤਮਾ ਦੇ ਵਿੱਚ ਅਗਰ ਕੋਈ ਹੈ ਤੇ ਉਹ ਅਜੇ ਸ਼ਰਮੋ ਕੇ ਮੇਰਾ ਕੁਝ ਨਹੀਂ ਜਾਣ ਲੇਗਾ ਕਿਉਂਕਿ ਮੈਂ ਬੋਲ ਜਾਵਾਂਗਾ ਬਲੇਸਿੰਗ ਅੱਜ ਤੱਕ ਰੁਕੇਗੀ ਅਕਸਰ ਤੁਸੀਂ ਦੌੜੇ ਹੋਗੇ ਤੁਸੀਂ ਬਲੇਸ ਹੋਗੇ ਸ਼ਰਮ ਨਾਮ ਵਿੱਚ ਉਹ ਮੇਰੀ ਡਿਊਟੀ ਪਾਏ ਤੇ ਕੰਮ ਕਰੋ ਇਸ ਕਰਦੇ ਜਦ ਤੁਸੀਂ ਕੁਝ ਭੀੜ ਜਿਨਾ ਉਹ ਬਸ ਜਿਹੜੇ ਟੈਸਟਮਨੀ ਵਾਲੇ ਬਸ ਉੱਤੇ ਇਥੇ ਆਉਣ ਕਿਸ਼ਨ ਦਾ ਨਮਸੀ ਕਰਾ ਬਸੀ ਕਰਾ ਬਸੀ ਦੁਰਾਬਾ Jinda namasi daraso rasi la rasi ka namasi raba haji hai koi jinu prabhu changa kita apne hath uthao main keh raha apne hath uthao jinu changa kita prabhu ne oh fir jaldi na daud ke gawai gawai do aan ke dekho tusi hath mainu nahi vikha rahe tusi kinu hath vikha rahe jo prabhu yeshu masih hath vikha rahe jo tusi jinu prabhu di mehma karna time aunda tusi hath jeb vich paale de so प्रभु तू महिमा दो क्योंकि प्रभु महिमा दे सो गया अस जी इन्हां नूं भी गोड्यां तों प्रॉब्लम सी काफी लंबे समय तों किन्ने चिर तों सी तुहानूं प्रॉब्लम जी साल तो हो गया जी मेडिसिन को ले रहे सी फर्क बैठन दे च प्रॉब्लम सी जां चलन दे विच ਹੋ ਤੁਸੀਂ ਤੁਰ ਕੇ ਦਿਖਾਓ ਦੌੜ ਕੇ ਲਓ ਮਾੜੇ ਦੌੜ ਕੇ ਤਾਂ ਨਹੀਂ ਜੋਰ ਨਾਲ ਯਿਸ਼ੂ ਮਸੀਹ ਦੇ ਤਾਲੀਆਂ ਯੋਜਨਾ ਤਾਲੀ ਮਾਰਨ ਯਿਸ਼ੂ ਕੇ ਲਈ ਯੋਜਨਾ ਇੱਕ ਸਿਕੰਡ ਰਾਸ ਕਰੋ ਇੱਕ ਸਿਕੰਡ ਬਲੋ ਬਲਾਂ ਆਜੋ ਇੱਧਰ ਆਓ ਜੀ ਥੋੜਾ ਪੈਰ ਸਪੀਡ ਦੌੜਾ ਸਿੱਧਾ ਦੌੜ ਸਪੀਡ ਦੇ ਨਾਲ ਉੱਥੇ ਚੱਲ ਜੋ ਉਧਰ ਨੂੰ ਭੱਜ ਕੇ ਹੁਣ ਇਹਨੂੰ ਭੱਜ ਕੇ ਇਹਨੂੰ ਸੁਣੋ ਇਸ ਜਗ੍ਹਾ ਤੇ ਕੌਣ ਮੌਜੂਦ ਆ ਯਿਸ਼ੂ ਨਾਸਰੀ ਹਾਲੇਲੂਇਆ ਹਾਲੇਲੂਇਆ ਮੈਂ ਕਹਿ ਰਿਹਾ ਸੀ ਤੇ ਕੌਣ ਮਸੂਦ ਆ ਯਿਸੂ ਨਾਸਰੀ ਸੁਣੋ ਅਗਰ ਕਿਸੇ ਦੇ ਅੰਗ ਪੈਰ ਕਮਜ਼ੋਰ ਆ ਪ੍ਰਭੂ ਯਿਸੂ ਦੀ ਸਾਮਰਥ ਉਹਨਾਂ ਤੇ ਆ ਰਹੀ ਆ ਜਿਹਨਾਂ ਦੇ ਬੱਚਿਆਂ ਦੇ ਅੰਗ ਪੈਰ ਕਮਜ਼ੋਰ ਆ ਪ੍ਰਭੂ ਦੀ ਸਾਮਰਥ ਉਹਦੀ ਨਸਾਂ ਦੇ ਵਿੱਚ ਉਹਦੀ ਹੱਡੀਆਂ ਦੇ ਜੋੜਾਂ ਦੇ ਵਿੱਚ ਆ ਰਹੀ ਆ ਉਸ ਨੂੰ ਬੱਚੇ ਨੂੰ ਖੜਾ ਕਰਕੇ ਕੋ ਖੜਾ ਹੋਵੇਗਾ ਯਿਸੂ ਨਾਮ ਵਿੱਚ ਕਿਉਂਕਿ ਪ੍ਰਭੂ ਦਾ ਮਸਾ ਇਸ ਜਗਤ ਕੱਢ ਕੇ ਠਹਿਰਿਆ ਹੈ ਪਾਸ਼ਟਰ ਜੀ ਜੋ ਤੁਸੀਂ ਪੈਨ ਬਾਰੇ ਬੋਲ ਰਹੇ ਹੋ ਕਿ ਇੱਕ ਪੈਨ ਨੂੰ ਗਿਲਟੀਆਂ ਦੀ ਪ੍ਰੋਬਲਮ ਆ ਉਹ ਇਹ ਬੱਚੀ ਹੈ ਪਾਸ਼ਟਰ ਜੀ ਸੁਣੋ ਇਹਦਾ ਫੈਮਿਲੀ ਮੈਂਬਰ ਕੋਈ ਹੈ ਉਹਨਾਂ ਨਾਲ ਗੱਲ ਕਰੋ ਪਹਿਲਾਂ ਇਸ ਪੈਨ ਨਾਲ ਇਸ ਬੱਚੇ ਨਾਲ ਕੌਣ ਆਇਆ ਹੈ ਇਹਦੇ ਗਿੱਤੇ ਤੇ ਰੇਸ਼ਾ ਪਿਆ ਹੈ ਪਾਸ਼ਟਰ ਜੀ ਆਪ ਰਾਧਾ ਨੂੰ ਨਹੀਂ ਮੈਂ ਇਹ ਰੀਅਲ ਨਾਲ ਉਹਨਾਂ ਨਾਲ ਗੱਲ ਕਰੋ ਕਿੰਨੇ ਚਿਰ ਤੋਂ ਪੈਨ ਨੂੰ ਪ੍ਰੋਬਲਮ ਨੇ ਇਹਨੂੰ ਅਗੇ ਦੋ ਕੇ ਸਾਲ ਸੁਣੋ ਤੁਸੀਂ ਮੈਡੀਸਨ ਕੋ ਲੈ ਰਹੇ ਸੀ ਨਹੀਂ ਸਾਰਾ ਨਹੀਂ ਅਜੇ ਨਹੀਂ ਲੈ ਰਹੇ ਹੋ ਉਹ ਲੈਣੀ ਵੀ ਨਹੀਂ ਹਾਲੇਲੂਇਆ ਹਾਲੇਲੂਇਆ ਉਹ ਸੁਣੋ ਜਿਹੜਾ ਵਰਲਡ ਇਸ ਜਗ੍ਹਾ ਤੇ ਬੋਲੇ ਜਾਂਦਾ ਹੈ ਉਹ ਮੇਰੀ ਆਪਣੀ ਇੱਛਾ ਦਾ ਨਹੀਂ ਹੁੰਦਾ ਉਹ ਪ੍ਰਭੂ ਦਾ ਰੂਹ ਮੇਰੀ ਆਤਮਾ 'ਚ ਪਾਉਂਦਾ ਹੈ ਔਰ ਉਹੀ ਮੈਨੂੰ ਬੋਲਣ ਦੇ ਲਈ ਅਕਸਾਉਂਦਾ ਹੈ ਔਰ ਮੈਂ ਬੋਲਦਾ ਆਮੀਨ ਔਰ ਸੁਣੋ ਇਹ ਚੰਗੀ ਹੋ ਗਈ ਇਸ ਨਾਮ ਦੇ ਵਿੱਚ ਸੁਣੋ ਇਸ ਬੱਚੀ ਦੇ ਦੋ ਕਿੰਨੇ ਸਾਲ ਦੀ ਬੱਚੀ ਹੈ ਅੱਠ ਸਾਲ ਦੀ ਬੱਚੀ ਜਾਣੀ 6 ਸਾਲ ਦੀ ਇਹ ਬੱਚੀ ਸੀ ਜਦੋਂ ਉਹਨੂੰ ਉਹ ਗਿਲਟੀ ਦੀ ਸ਼ਿਕਾਇਤ ਹੋ ਗਈ ਸੀ ਔਰ ਅੱਜ 8 ਸਾਲ ਦੀ ਹੋਈ ਔਰ ਮੇਰੇ ਯਿਸੂ ਮਸੀਹ ਨੇ ਇਹਨੂੰ ਕਾਟਾ ਗਾ ਚੰਗਾ ਕਾਟਾ ਸਾਰੀ ਮਹਿਮਾ ਕਿਹਨੂੰ ਮਿਲਣੀ ਚਾਹੀਦੀ ਆ ਆਪਣੇ ਹੱਥ ਠੋ ਸਾਰੀ ਮਹਿਮਾ ਯਿਸੂ ਨਾਮ ਨੂੰ ਦੋ ਯੋਜਨਾ ਤਾਲੀ ਮਾਰਾ ਯਿਸੂ ਮਸੀਹ ਦੇ ਯੋਜਨਾ ਪਾਸ ਜੀ ਇਸ ਬੱਚੇ ਨੂੰ ਕਾਫੀ ਪ੍ਰੋਬਲਮ ਸੀ ਤੇ ਗਿੱਟੇ ਦੇ ਵਿੱਚ ਰੇਸ਼ਾ ਸੀ ਇਹਦੇ ਪਾਪਾ ਦੇ ਨਾਲ ਇਹ ਇਹਨਾਂ ਦੇ ਕੀ ਪ੍ਰੋਬਲਮ ਸੀ ਕੀ ਮੁਸ਼ਕਲ ਸੀ ਇਸ ਬੱਚੇ ਇਹਨਾਂ ਦੇ ਡਾਕਟਰਾਂ ਨੇ ਦੱਸਿਆ ਕਿ ਹੱਡੀ ਦੇ ਵਿੱਚ ਰੇਸ਼ਾ ਪਿਆ ਹੈ ਕਿੰਨੇ ਟਾਈਮ ਤੋਂ 3 ਮਹੀਨੇ ਹੋ ਗਏ ਤੇ ਗੋਡਿਆਂ ਦੀ ਬੜੀ ਪ੍ਰੋਬਲਮ ਤੇ ਹੁਣ ਆਵਾ ਮੈਂ ਠੀਕ ਆ ਬਿਆਹ ਵੀ ਜਾਂਦਾ ਤੇ ਆਪਾਂ ਤੁਰ ਵੀ ਪੈ ਚੱਕ ਕਰੋ ਇੱਕ ਪਾਸਵਾਨ ਨਗੜੀ ਮੇਰੀ ਬੇਨਤੀ ਸਾ ਬੈਠ ਜਾਓ ਲਈ ਕੋਈ ਨਹੀਂ ਜਾਵੇਗਾ ਪਰਮੇਸ਼ਰ ਦੀ ਹਜ਼ੂਰੀ ਹਜੇ ਲਾਸਟ ਭੱਜ ਕੇ ਦੇਖੋ ਭੱਜ ਕੇ ਦੇਖੋ ਇੱਧਰ ਨੂੰ ਇੱਧਰ ਦੀ ਸਾਈਡ ਤੇ ਭੱਜ ਕੇ ਬ੍ਰਿੰਟੀਅਰ ਮਤਲਬ ਕੀ ਕਹਿ ਰਿਹਾ ਦੂਸਰੀ ਜਗ੍ਹਾ ਛੱਡੋ ਤਾਂ ਕਿ ਬੰਦਾ ਖੁੱਲ ਜਾਵੇ ਹੋਰ ਇਹ ਬਿਲਕੁਲ ਠੀਕ ਹੈ ਯੋ ਦਾ ਤਾੜੀਆਂ ਇਹ ਸ਼ੁਭ ਸੀ ਰਹੇ ਸੁਣੋ ਕਿੰਨੇ ਟਾਈਮ ਤੋਂ ਸੀ ਉਹਨਾਂ ਫੋਨ ਮੈਂ ਕਰੋ
ਕਿੰਨੇ ਟਾਈਮ ਤੋਂ ਸੀ? 3 ਮਹੀਨੇ ਆ ਤੁਸੀਂ 3 ਮਹੀਨੇ ਤੋਂ ਸੀ ਇਹਨੂੰ ਇਸ ਚੱਲ ਨਹੀਂ ਹੁੰਦਾ ਸੀ ਖੁੱਲ ਕੇ ਨਹੀਂ ਸੀ ਚੱਲਦਾ ਖੁੱਲ ਕੇ ਨਹੀਂ ਚੱਲਦਾ ਦਰਦ ਕਰਦੇ ਸੀ ਗੋਡੇ ਦਰਦ ਕਰਦੇ ਸੀ ਗੋਡਿਆਂ ਤੇ ਸੱਟ ਲੱਗੀ ਸਾਈਕਲ ਤੋਂ ਡਿੱਗਾ ਸੀ ਇਸ ਸਮੇਂ ਚੰਗਾ ਹੋ ਚੁੱਕਾ ਹੈ ਬਿਲਕੁਲ ਠੀਕ ਹੈ ਔਰ ਚੰਗਾ ਨੂੰ ਕਿਨੇ ਕੀਤਾ ਆ ਯਸੂ ਮਸੀਹ ਜ਼ੋਰ ਦੇ ਨਾਲ ਤਾੜੀ ਯਸੂ ਮਸੀਹ ਦੇ ਲਈ ਸੁਣੋ ਹਾਲੇਲੂਇਆ ਸਰ ਸਰ ਇੱਧਰ ਕਰ ਸਰ ਇੱਕ ਦੌੜ ਸਪੀਡ ਦੌੜ ਥੋੜਾ ਰਾਹ ਛੱਡ ਦੋ ਭਾਈ ਤੁਸੀਂ ਕੀ ਕਰ ਰਹੇ ਹੋ ਥੋੜਾ ਰਾਹ ਛੱਡੋ ਮੁੰਡਾ ਜੋ ਕਰੇ ਪ੍ਰਭੂ ਦੇ ਵਿੱਚ ਭੱਜ ਕਾਕਾ ਗਾੜੀ ਟੁੱਫੀਆਂ ਪਈਆਂ ਭੱਜ ਰਿਸ਼ਿੰਦਾ ਰਬਾ ਸਾਦਾ ਰਸੀਦਾ ਰਬਾ ਸੀ ਗਨਾ ਮਸੀ ਜ਼ੋਰ ਨਾਲ ਯਿਸੂ ਮਸੀਹ ਕੇ ਲਈ ਮੈਂ ਕਹ ਰਿਹਾ ਸੀ ਕਿ ਯਿਸੂ ਮਸੀਹ ਆਇਆ ਹੈ ਜਿਹਨੇ ਸੁਣ ਕੇ ਔਰ ਵਿਸ਼ਵਾਸ ਕਰਨਗੇ ਔਰ ਬਲੈਸ ਹੁੰਦੇ ਜਾਣਗੇ ਜਲਦੀ ਨਾ ਜਲਦੀ ਨਾ ਅਗਰ ਕੋਈ ਸਾਡੇ ਚ ਹੈ ਹੋਰ ਕੋਈ ਜਲਦੀ ਨਾ ਆਵੇ ਹਾਲੇਲੂਇਆ ਪਾਸ਼ਾ ਜੀ ਇਸ ਪੈਰ ਔਰ ਮੈਂ ਬੇਨਤੀ ਕਰਾਂਗਾ ਵਿਲਡੀਅਰ ਗਾੜੀ ਅਸ ਇਸ ਗਲੀ ਵਿੱਚ ਭੀੜ ਨਾ ਬੋਸ ਤੁਸੀਂ ਸਾਰੇ ਸੜੇ ਸੈਟ ਸੈਟ ਕਰੋਗੇ ਪਾਸ਼ਾ ਜੀ ਇਸ ਪੈਨ ਦੀ ਅੱਖ ਦੇ ਵਿੱਚ ਚਿੱਟਾ ਸੀ 1 ਸਾਲ ਹੋ ਗਿਆ ਔਰ 1 ਸਾਲ ਤੋਂ ਇਹ ਦਵਾਈ ਵੀ ਪੈਨ ਖਾਂਦੀ ਰਹੀ ਆ ਔਰ ਭਾਜੀ ਜਦੋਂ ਤੁਸੀਂ ਪਾਸ਼ਾ ਜੀ ਜਦੋਂ ਤੁਸੀਂ ਪ੍ਰੇਅਰ ਕੀਤੀ ਔਰ ਇਹ ਪੈਨ ਬਿਲਕੁਲ ਚੰਗੀ ਹੈ ਹੁਣ ਸੁਣੋ 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 1 ਸਾਲ ਤੋਂ ਸੁਣੋ ਇਹਦੀ ਇਹਦੀ ਫੋਟੋ ਕਲੋਜ਼ ਲੋ ਕਰਕੇ ਲੱਗੇ ਲੱਗੇ ਕਿੰਨੇ ਸਾਲ ਦੀ ਬੱਚੀ ਹੈ 6 ਸਾਲ ਦੀ ਬੱਚੀ ਉਹਨਾਂ ਦੀ ਅੱਖ ਦੇ ਵਿੱਚ ਕੀ ਸੀ ਇਹ ਕਿ ਸੀ ਉਹਨਾਂ ਕੋ ਪੁੱਛਣ ਨੂੰ ਇਹਦੇ ਅੱਖ ਚ ਕੀ ਅੱਖ ਸੀ ਕਿੰਨੇ ਚਿਰ ਤੋਂ ਸੀ 1 ਸਾਲ ਤੋਂ ਉਹਦੀ ਅੱਖ ਚਿੱਟਾ ਸੀ ਔਰ ਹੁਣ ਬਿਲਕੁਲ ਠੀਕ ਆ ਇਹਦੇ ਅੱਖ ਚੈੱਕ ਕਰਕੇ ਵੇਖੋ ਬਿਲਕੁਲ ਓਕੇ ਉਹ ਸੁਣੋ 1 ਸਾਲ ਤੋਂ ਉਹਦੀ ਅੱਖ ਚਿੱਟਾ ਸੀ ਔਰ ਇਸ ਜਗ੍ਹਾ ਤੇ ਕੌਣ ਆਇਆ ਆ ਯਿਸੂ ਮਸੀਹ ਤੁਹਾਡੀ ਆਵਾਜ਼ ਨਹੀਂ ਆਈ ਯਿਸੂ ਮਸੀਹ ਉਸੇ ਵਾਰ ਨਾ ਬੋਲੋ ਯਿਸੂ ਮਸੀਹ ਆਇਆ ਹੈ ਔਰ ਯਿਸੂ ਮਸੀਹ ਨੇ ਇਸ 6 ਸਾਲ ਦੀ ਬੱਚੀ ਦੀ ਅੱਖ ਦੇ ਵਿੱਚੋਂ ਉਹ ਚਿੱਟੇ ਨੂੰ ਕਰਤਾ ਹੈ ਕੈਚ ਕਰਤਾ ਆਮੀਨ ਅਸੀਂ ਜੀ ਇਸ ਬੱਚੇ ਦੇ ਗੱਲ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਗਿਲਟੀ ਸੀ ਪਰ ਹੁਣ ਇਸ ਜਗ੍ਹਾ ਤੇ ਹੁਣ ਇਹਦੀ ਗਿਲਟੀ ਬਿਲਕੁਲ ਗਾਇਬ ਹੋ ਚੁੱਕੀ ਹੈ ਕਲੋਜ਼ ਕਰੋ ਕੈਮਰਾ ਕਲੋਜ਼ ਕਿੰਨੇ ਟਾਈਮ ਤੋਂ ਸੁਣ ਬੋਲੋ ਬਚਪਨ ਤੋਂ ਅਸੀਂ ਜੀ ਬਚਪਨ ਤੋਂ ਇਹਦੀ 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 ਉਮਰ ਕਿੰਨੀ ਪੁੱਛੋ ਪੁੱਛੋ ਉਮਰ ਕਿੰਨੀ 8 ਸਾਲ ਇਹਦੀ ਉਮਰ ਸੀ ਔਰ ਜਦੋਂ ਬੱਚਾ ਪੈਦਾ ਹੋਇਆ ਸੀ ਉਸ ਤੋਂ ਪਹਿਲਾਂ ਸੀ ਕਿ ਜੇ ਸੁਮਨ ਦੀ ਕੋਸ਼ ਕਰਨਾ 1 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ ਮਹੀਨੇ ਬਾਅਦ 1 ਸਾਲ ਬਾਅਦ ਜਾਨੀ 7 ਸਾਲ ਹੋ ਗਿਆ ਇਹਦੇ ਗਲੇ ਤੇ ਗਿਲਟੀ ਸੀ 1 ਕਿ 2 ਸੀ ਦੋ ਪੈਸੇ ਸੀ ਔਰ ਤੁਸੀਂ ਕੋਈ ਮੈਡੀਸਨ ਕੋ ਟੈਸਟ ਕਰਾਇਆ ਹੋਵੇ ਕਹਿੰਦੇ ਸੀ ਕਿ ਖਿਆਲ ਹੋ ਗਿਆ ਵੱਡਾ ਹੋ ਗਿਆ ਨਾ ਆਪਣਾ ਅੱਛਾ ਅੱਛਾ ਤੇ ਸੁਣੋ ਤੁਸੀਂ ਮੈਡੀਸਨ ਲੈ ਰਹੇ ਸੀ ਕੋਈ ਔਰ ਸੁਣੋ 7 ਸਾਲ ਹੋ ਗਏ ਇਸ ਬੱਚੇ ਦੇ ਦੋ ਪਾਸੇ ਗੱਲ ਦੇ ਵਿੱਚ ਗਿਲਤੀਆਂ ਸੀ ਔਰ ਅੱਜ ਮੇਰੇ ਯਿਸੂ ਮਸੀਹ ਨੇ ਇਸ ਬੱਚੇ ਨੂੰ ਛੂਆ ਹੈ ਔਰ ਉਸ ਦੀ ਗਿਲਤੀ ਨੂੰ ਕਰ ਦਿੱਤਾ ਹੈ ਸੁਣੋ ਸੁਣੋ ਕਿਆ ਕਰਤਾ ਹੈ ਅੱਗੇ ਸੱਚ ਮੋ ਤੁਸੀਂ ਮਹਿਮਾ ਕਰ ਰਹੇ ਜੋ ਇੱਕ ਦੀ ਤਾੜੀ ਹੋ ਜੀ ਯਿਸੂ ਮਸੀਹ ਦੀ ਮਹਿਮਾ ਪਾਸ਼ਾ ਜੀ ਇਸ ਭੈਣ ਦੇ ਗਲੇ ਦੇ ਵਿੱਚ ਗਿਲਟੀਆਂ ਸੀ ਔਰ 3-4 ਸਾਲ ਹੋ ਗਏ ਨੇ ਔਰ ਇਸ ਭੈਣ ਨੇ ਦਵਾਈ ਵੀ ਬਹੁਤ ਖਾਧੀ ਹੈ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਔਰ ਪਰਮੇਸ਼ਰ ਦੀ ਆਤਮਾ ਨੇ ਇਹਨੂੰ ਛੂਇਆ ਔਰ ਇਹ ਭੈਣ ਬਿਲਕੁਲ ਚੰਗੀ ਹੈ ਹੁਣ ਸੁਣੋ ਸੁਣੋ ਉਹਨੇ ਮੂੰਹ ਨੂੰ ਮੈਕ ਲਓ ਔਰ ਪੁੱਛੋ ਹੁਣ 3-4 ਸਾਲ ਹੋ ਗਏ ਭਾਜੀ ਔਰ ਤੁਸੀਂ ਬਿਲਕੁਲ ਚੰਗੇ ਜੋ ਹਾਂਜੀ ਵਧੀਆ ਚਲੋ ਪ੍ਰਭੂ ਆਪੇ ਠੀਕ ਚੈੱਕ ਕਰੋ ਤੁਸੀਂ ਚੈੱਕ ਕਰੋ ਗਲੇ ਦੇ ਵਿੱਚ ਕਿਤੇ ਲੁਕੀ ਨਾ ਹੋਵੇ ਠੀਕ ਹੈ ਬਿਲਕੁਲ ਓਕੇ ਹਾਂਜੀ ਕਿੰਨੇ ਚਿਰ ਤੋਂ ਸੀ 3-4 ਸਾਲ ਹੋ ਗਏ 3-4 ਸਾਲ ਤੋਂ ਇਸ ਭੈਣ ਦੇ ਗਲੇ ਦੇ ਵਿੱਚ ਗਿਲਟੀਆਂ 1-2 ਸੀ ਦੋ ਗਿਲਟੀਆਂ ਸੀ ਭੈਣ ਦੇ ਗਲੇ ਦੇ ਵਿੱਚ ਸੀ ਔਰ ਇਹ ਕਹਿ ਰਹੇ ਸੀ ਇਹਨਾਂ ਮੈਡੀਸਨ ਵੀ ਲਈ ਸੀ ਦਵਾਈ ਵੀ ਲਈ ਸੀ ਪਰ ਕੋਈ ਫਰਕ ਨਹੀਂ ਸੀ ਪਰ ਅੱਜ ਮੇਰੇ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਨੂੰ ਛੂਇਆ ਹੈ ਔਰ ਉਹਨਾਂ ਚੰਗਾ ਕਰਤਾ ਹੈ ਜ਼ੋਰ ਦੇ ਨਾਲ ਤਾੜੀ ਯਿਸੂ ਮਸੀਹ ਦੇ ਤਾੜੀ ਮਾਰਾਂਗੇ ਯਿਸੂ ਮਸੀਹ ਦੇ ਲਈ ਜ਼ੋਰ ਦੇ ਨਾਲ ਪਸ ਜੀ ਇਹਨਾਂ ਦਾ ਭੈਣ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਕਿਦੋਂ ਦਾ ਹੋਇਆ ਐਕਸੀਡੈਂਟ ਹੋਇਆ 3 ਸਾਲ ਹੋ ਗਿਆ ਤੇ ਜਾ ਜਾਣ ਦਿਆ ਤੁਹਾਡੀ ਕੀ ਮੁਸ਼ਕਲ ਹੈ ਕੀ ਪ੍ਰੋਬਲਮ ਹੋਈ ਮੇਰੀ ਲੱਤ ਟੁੱਟ ਗਈ ਤੇ ਮੈਂ ਪ੍ਰਭੂ ਦਾ ਧੰਨਵਾਦ ਕਰਨੀ ਮੈਨੂੰ ਪ੍ਰਭੂ ਨੇ ਚੰਗਿਆ ਹੁਣ ਤੁਸੀਂ ਬਿਲਕੁਲ ਠੀਕ ਜੇ ਹਾਂਜੀ ਅੱਗੇ ਤੁਸੀਂ ਬੈਠ ਸਕਦੇ ਸੀ ਬੈਠਦੀ ਹਾਂ ਬਹੁਤ ਔਖਾ ਬੈਠਣਾ ਹੁਣ ਬੈਠ ਗਏ ਅੱਜ ਵੀ ਸਰੀਰ ਚ ਹੈ ਨਹੀਂ ਹੋ ਜਾਏਗਾ ਠੀਕ ਠੀਕ ਹਾਲੇਲੂਇਆ ਹੁਣ ਤੁਹਾਡੀ ਦਰਦ ਤਾਂ ਨਹੀਂ ਦੀ ਹੁਣ ਤੁਸੀਂ ਬਿਲਕੁਲ ਠੀਕ ਹੋ ਕਿੰਨੇ ਚੰਗੇ ਕੀਤਾ ਤੁਹਾਨੂੰ ਰੱਬ ਯਿਸੂ ਮਸੀਹ ਸੁਣੋ ਤੁਹਾਨੂੰ ਕੁਝ ਪ੍ਰੋਬਲਮ ਆਉਂਦੀ ਸੀ ਤੁਰਨ ਦੇ ਵਿੱਚ ਤੁਰੋਂ ਬੜਾ ਉਧਰ ਮੁੜ ਦੌੜ ਲਗਾਉਣਾ ਤੁਸੀਂ ਰਿਸ਼ਿੰਦਾ ਨਮਸੀ ਕਰ ਰਸੋ ਦਬਾ ਹੁਣ ਤੁਸੀਂ ਦੌੜ ਲਓ ਕਿ ਪ੍ਰਭੂ ਦੇ ਨਾਮ ਦੇ ਤੁਹਾਡੀ ਤੁਹਾਡੀ ਗਿੱਟਾ ਜਾਂ ਤੁਹਾਡੀ ਹੱਡੀ ਜਾਂ ਨਾਲ ਇਸ ਨਾਮ ਦੇ ਦੌੜ ਲਓ ਤੁਸੀਂ ਦੌੜ ਨਹੀਂ ਲਾ ਰਹੇ ਭੱਜੋ 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 ਇਸ ਨਾਮ ਦੇ ਵਿੱਚ ਆਪਣੇ ਹੱਥ ਤੋਂ ਹੋਰ ਭੱਜ ਕੇ ਦੌੜ ਜਲਦੀ ਜਲਦੀ ਨਾਲ ਆਪਣੇ ਹੱਥ ਤੋਂ ਦੇ ਭੱਜੋ ਦੌੜ 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 ਲਓ ਇਸ ਨਾਮ ਵਿੱਚ ਹਾਲੇਲੂਇਆ ਸਾਰੀ ਮਹਿਮਾ ਇਸ ਨਾਮ ਨੂੰ ਮਿਲੇ ਹਾਲੇਲੂਇਆ ਮੈਂ ਕਹਿ ਰਿਹਾ ਉੱਚੀ ਆਵਾਜ਼ ਨਾਲ ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ
ਹਾਂਜੀ ਹਾਂ ਕੋਈ ਹੋਰ ਪਾਸ਼ਾ ਜੀ ਇਸ ਭੈਣ ਨੂੰ ਦੁਸ਼ਟ ਆਤਮਾ ਦੀ ਪ੍ਰੋਬਲਮ ਸੀ ਔਰ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਔਰ ਇਹ ਭੈਣ ਬਿਲਕੁਲ ਚੰਗੀ ਹੈ ਔਰ ਭੈਣ ਕਹਿੰਦੀ ਹੈ ਅੱਜ ਵੀ ਮੇਰਾ ਸਰੀਰ ਕੰਮ ਰਿਹਾ ਹੈ ਰਿਸ਼ਿੰਦਾ ਨਮਸੀ ਕਰ ਬਸੀ ਕਰੋ ਰਿਸ਼ਿੰਦਾ ਨਮਸੀ ਕਰ ਬਸੀ ਕਰ ਬਸੀ ਕਰ ਬਸੀ ਸੁਰਿਸ਼ਤ ਨੇ ਮਦ ਹੁਕਮ ਕਰਦਾ ਸਭ ਨੂੰ ਕੋ ਛੋੜ ਅੱਗੇ ਸ਼ੁਰੂ ਰਾਈਟ ਨਾਓ ਐਸੇ ਟੱਬ ਨਾਮ ਸੇ ਆਜ਼ਾਦ ਹੋ ਜਿਸ਼ੂ ਮਸੀਹ ਅੱਠ ਜ਼ੋਰ ਬਾਰੇ ਯਿਸੂ ਮਸੀਹ ਕੇ ਲਈ ਔਰ ਜਦੋਂ ਹੋਰ ਪ੍ਰਭੂ ਸੰਗੀਤ ਆਪਣੇ ਹੱਥ ਧੋ ਮੈਂ ਵੇਖ ਰਿਹਾ ਹੋਰ ਬੜੇ ਸੰਗੀ ਐਸੇ ਕਦੇ ਹੋਏ ਆ ਆਪਣੇ ਹੱਥ ਨਾਲ ਧੋ ਆਪਣੇ ਹੱਥ ਉੱਚੇ ਹੋਣ ਚਾਹੀਦੇ ਥੋੜੇ ਜ਼ਮੀਨ ਨਜ਼ਰ ਆਉਣ ਔਰ ਪਿੱਛੇ ਮੈਂ ਵੇਖ ਰਿਹਾ ਬਹੁਤ ਪਾਣਾ ਚੰਗੀਆਂ ਹੋਈਆਂ ਔਰ ਜਲਦੀ ਨਾਲ ਆਣ ਕੇ ਗਵਾਹੀ ਦੇਣਗੀਆਂ ਮੈਂ ਥੋੜਾ ਸਮਾਂ ਲਵਾਂਗਾ 10-15 ਮਿੰਟ ਹੋਰ ਜਲਦੀ ਜਲਦੀ ਨਾਲ ਆਉਣਗੇ ਔਰ ਪ੍ਰਭੂ ਦੀ ਮਹਿਮਾ ਦੀ ਗਵਾਹੀ ਦੇਵਾਂਗੇ ਹਾਲੇਲੂਇਆ ਰਿਸ਼ਿੰਦਾ ਨਮਸੀ ਦਾ ਰਸੀ ਲੋ ਰਸੀ ਕਾ ਨਮਾ ਰਬ ਹਾਂਜੀ ਹੈ ਕੋਈ ਜਿਹਨੂੰ ਪ੍ਰਭੂ ਚੰਗ ਕੀਤਾ ਜਿਹਨੇ ਗਵਾਹੀ ਦੇਣੀ ਹੋਵੇ ਪ੍ਰਭੂ ਦੀ ਮਹਿਮਾ ਦੇ ਲਈ ਆਪਣੇ ਹੱਥ ਉਠਾਓ ਮੈਂ ਚਾਹੁੰਦਾ ਕਿ ਮੇਰੇ ਜੀਵਨ ਦਾ ਪ੍ਰਭੂ ਦੀ ਮਹਿਮਾ ਹੋਵੇ ਆਪਣੇ ਹੱਥਾਂ ਨਾਲ ਉਠਾਓ ਮੈਂ ਕਹਿ ਰਿਹਾ ਹਾਂ ਰਿਸ਼ਿੰਦਾ ਨਮਸੀ ਕਾ ਰਬ ਸੀ ਕਾ ਧੰਨਵਾਦ ਤੇਰੀ ਹਜ਼ੂਰੀ ਲਈ ਤੇਰੇ ਮਸੇ ਲਈ ਅਸੀਂ ਇਸ ਕੋਰਸ ਬੋਲਾਂਗੇ ਉਸ ਬਾਅਦ ਬਸ ਮੁਹੱਬਤੀ ਵਿੱਚ ਜਾਵਾਂਗੇ ਹਾਲੇਲੂਇਆ ਔਰ ਤੁਸੀਂ ਕਹੋ ਤੁਸੀਂ ਇੰਜੋਏ ਕਰਨਾ ਪ੍ਰਭੂ ਦੇ ਵਿੱਚ ਕੀ ਕਰਨਾ ਬਣਾ ਪ੍ਰਭੂ ਦੇ ਵਿੱਚ ਮੈਂ ਕਹਿੰਦਾ ਇੱਕ ਵੀ ਜਵਾਨ ਇੱਕ ਵੀ ਭੈਣ ਇੱਕ ਵੀ ਬਜ਼ੁਰਗ ਪ੍ਰਭੂ ਦੀ ਮਹਿਮਾ ਦਾ ਬਣਾਉਣਾ ਖੜਾ ਹੋਵੇ ਉਹਦੀ ਮਹਿਮਾ ਲਈ ਖੜਾ ਹੋਵੇ ਹਾਲੇਲੂਇਆ ਔਰ ਮਹਿਮਾ ਉਸਲਦਾ ਉਹਦੀ ਮਹਿਮਾ ਕਰੇ ਹਾਲੇਲੂਇਆ ਕਿੱਦਾਂ ਕਰੇ ਬੜਾ ਮਹਿਮਾ ਉਹਦੀ ਉਸਲਦਾ ਹੋਇਆ ਆਮੀਨ ਮੈਂ ਕਈ ਨੂੰ ਕਦੇ ਵੇਖ ਰਿਹਾ ਜਿਹਨਾਂ ਦੇ ਕੰਨਾਂ ਦੇ ਵਿੱਚ ਪ੍ਰਭੂ ਜਿਹਨੂੰ ਘੱਟ ਸੁਣਦਾ ਆ ਪ੍ਰਭੂ ਦਾ ਆਤਮਾ ਉਹਦੇ ਕੰਨਾਂ ਨੂੰ ਖੋਲ੍ਹ ਰਿਹਾ ਆ ਜਿਹਨਾਂ ਦੇ ਅਕਸਰ ਕੰਨਾਂ ਦੇ ਵਿੱਚ ਮੈਂ ਵੇਖਦਾ ਕਈਆਂ ਦੀ ਖਾਰਸ਼ ਹੁੰਦੀ ਆ ਪਰਮੇਸ਼ਰ ਆਤਮਾ ਨੂੰ ਚੰਗਾ ਕਰੇ ਔਰ ਕਈਆਂ ਦੇ ਕੰਨ ਮੈਂ ਵੇਖ ਰਿਹਾ ਕਈਆਂ ਦੇ ਕੰਨ ਜਿਹਨੂੰ ਵਗਦੇ ਆ ਪਰਮੇਸ਼ਰ ਆਤਮਾ ਨੂੰ ਛੂ ਰਿਹਾ ਉਹਨਾਂ ਦੇ ਕੰਨ ਅੱਜ ਤੋਂ ਵਗਰੋਂ ਬੰਦ ਇਸ ਦੇ ਨਾਮ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਅਸੀਂ ਪ੍ਰਭੂ ਦੀ ਮਹਿਮਾ ਲਈ ਇੱਕ ਅਸੀਂ ਪ੍ਰਸੰਨ ਬੋਲਾਂਗੇ ਸਭ ਨੇ ਇੰਜੋਏ ਕਰਨਾ ਹਾਲੇਲੂਇਆ ਯਿਸੂ ਜੀ ਦਾ ਨਾਮ ਜਪ ਬਸ ਸਾਹਿਬਾਨ ਵੀ ਖੜੇ ਹੋ ਸਕਦੇ ਆਪਣੀ ਜਗ੍ਹਾ ਤੇ ਹੁਣ ਉਸ ਨੂੰ ਵੀ ਮਹਿਮਾ ਕਰਾਂਗੇ